ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੀ ਜਿਹੀ ਕੋਟਨ ਦੇ ਸੂਟਸ ਆ ਜਿਹੜੇ ਸ਼ੇਅਰ ਕਰਾਂਗੇ। ਸੋ ਇਹਨਾਂ 'ਤੇ ਅਸੀਂ ਮਸ਼ੀਨ ਐਮਬਰਾਇਡਰੀ ਕੀਤੀ ਹੈ, ਔਰ ਇਹ ਤੁਸੀਂ ਸਮਰ ਵੀਅਰ ਆ ਜਿਹੜਾ ਯੂਜ਼ ਕਰ ਸਕਦੇ ਹੋ, ਔਰ ਆਪਣੇ ਚੋਇਸ ਦੇ ਕਲਰ ਦੇ ਅਕੋਰਡਿੰਗ ਆ ਜਿਹੜਾ ਤੁਸੀਂ ਬਣਾ ਸਕਦੇ ਹੋ ਜੀ। ਜਿਵੇਂ ਕਿ ਲਾਸਟ ਕਾਫੀ ਰਿਕੁਐਸਟ ਸੀ ਕਿ ਤੁਸੀਂ ਜਿਹੜੇ ਨਵੇਂ ਡਿਜ਼ਾਈਨ ਸ਼ੇਅਰ ਕਰੋ, ਕਿਉਂਕਿ ਜਿਹੜੇ ਪਿਛਲੇ ਆਰਡਰ ਸੀ ਕਾਫੀ ਪੈਂਡਿੰਗ ਹੈ, ਔਰ ਉਹਦੇ ਕਰਕੇ ਅਸੀਂ ਜਿਹੜਾ ਨਿਊ ਡਿਜ਼ਾਈਨਿੰਗ ਨਹੀਂ ਕਰ ਸਕੇ। ਸੋ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਜੀ ਕਿ ਸਾਨੂੰ ਅਸੀਂ ਨਾਲ ਦੀ ਨਾਲ ਜਿਹੜੇ ਤੁਹਾਡੇ ਨਾਲ ਨਵੇਂ ਡਿਜ਼ਾਈਨ ਆ ਜਿਹੜੇ ਬਣਾ ਸਕੀਏ। ਸੋ ਅਸੀਂ ਦੋ ਪੀਸ ਜਿਹੜੇ ਨਿਊ ਡਿਜ਼ਾਈਨ ਬਣਾਏ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅਗਰ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਤਾਂ ਇਹ ਜਿਹੜੇ ਸੂਟ ਹੈਗੇ ਆ ਰੈਡੀ ਹੈ। ਅਗਰ ਤੁਸੀਂ ਕੁਝ ਹੋਰ ਕਲਰ ਕੰਬੀਨੇਸ਼ਨ 'ਤੇ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਅਸੀਂ ਜਿਹੜਾ ਤੁਹਾਡਾ ਆਰਡਰ ਆ ਜਿਹੜਾ ਰੈਡੀ ਕਰ ਦਾਂਗੇ। ਸੋ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਜੀ 7589231377 'ਤੇ ਭੇਜ ਕੇ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ। ਸੋ ਪ੍ਰਾਈਜ਼ ਜਾਣ ਸਕਦੇ ਹੋ, ਅਗਰ ਤੁਹਾਨੂੰ ਪ੍ਰਾਈਜ਼ ਠੀਕ ਲੱਗਦਾ ਦੈਨ ਤੁਸੀਂ ਆਰਡਰ ਆ ਜਿਹੜਾ ਕਰ ਸਕਦੇ ਹੋ। ਇਹ ਜਿਵੇਂ ਹੈਗਾ ਜੀ, ਇਹ ਲੇਲਨ ਸਟੱਫ ਦੇ ਉੱਪਰ ਹੈ, ਬਿਲਕੁਲ ਗ੍ਰੀਨਿਸ਼ ਆ ਜਿਹੜਾ ਲਾਈਟ ਗ੍ਰੀਨਿਸ਼ ਟੋਨ 'ਚ ਹੈ, ਗ੍ਰੀਨਿਸ਼ ਟੋਨ ਹੈ। ਔਰ ਇਹਦੇ ਵਿੱਚ ਅਸੀਂ ਜਿਵੇਂ ਗ੍ਰੀਨ ਕਲਰ ਲਾ ਕੇ, ਇਹ ਆਰੀ ਵਰਕ ਮਸ਼ੀਨ ਆਰੀ ਵਰਕ ਹੈ, ਇਹਦੇ ਨਾਲ ਅਸੀਂ ਨੀਚੇ ਚੈੱਕ ਬਣਾਇਆ, ਉੱਪਰ ਲਾਈਨਸ ਹੈ, ਔਰ ਉੱਪਰ ਬਹੁਤ ਹੀ ਪਿਆਰਾ ਜਿਹੜਾ ਇਹ ਸੈਂਟਰ ਪੈਨਲ ਜਾਂਦਾ ਹੈ, ਦੋ ਫਲਾਰ ਜਾਂਦੇ ਆ, ਕਲਰਫੁੱਲ ਆ ਜਿਹੜੀ ਅਸੀਂ ਐਮਬਰਾਇਡਰੀ ਕੀਤੀ ਹੋਈ ਹੈ। ਸੋ ਇਹ ਬਹੁਤ ਹੀ ਪਿਆਰਾ ਜਿਹੜਾ ਡਿਜ਼ਾਈਨ ਹੈ, ਜਦੋਂ ਤੁਸੀਂ ਵੇਅਰ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਸਟਿਚਿੰਗ ਕਰਕੇ ਥੋੜ੍ਹਾ ਹੈਵੀ ਹੋ ਜਾਂਦੇ ਆ। ਸੋ ਇਹਦੀ ਜਿਹੜੀ ਬਾਜੂ ਹੈਗੀ ਉਹ ਵੀ ਇਸ ਤਰ੍ਹਾਂ ਦੀ ਬਣੀ ਹੋਈ ਹੈ। ਸੋ ਇਹਦੇ ਨਾਲ ਜਿਵੇਂ ਅਸੀਂ ਦੁਪੱਟੇ ਦੀ ਗੱਲ ਕਰਦੇ ਹਾਂ ਤਾਂ ਇਹ ਦੁਪੱਟਾ ਅਸੀਂ ਮਸਲੀਨ ਨਾਲ ਜਿਹੜਾ ਰੈਡੀ ਕਰਦੇ ਹਾਂ, ਟਾਈ ਡਾਈ ਕਰਵਾ ਸਕਦੇ ਹਾਂ ਵਿਦ ਲੇਸਿਸ ਕਰ ਸਕਦੇ ਹੋ। ਸੋ ਚਨੌਨ ਦੁਪੱਟੇ ਕਿਉਂਕਿ ਕੋਟਨ ਦੇ ਸੂਟਸ ਹੈਗੇ ਆ। ਸੋ ਜਿਹੜੀ ਵੀ ਪ੍ਰਾਈਜ਼ ਇਹਦੇ ਨਾਲ ਅਸੀਂ ਮੈਨਸ਼ਨ ਕਰਾਂਗੇ ਤੁਹਾਨੂੰ ਜਦੋਂ ਤੁਸੀਂ ਪੁੱਛੋਗੇ, ਤਾਂ ਅਸੀਂ ਮਸਲੀਨ ਦੁਪੱਟਿਆਂ ਦੀ ਤੁਹਾਨੂੰ ਪ੍ਰਾਈਜ਼ ਦੇਵਾਂਗੇ। ਸੋ ਜਿਵੇਂ ਕਿ ਅੱਜ ਕੱਲ੍ਹ ਹੈਗਾ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ, ਪਿੰਟੈਕਸ ਹੈ, ਅਸੀਂ ਕਾਫੀ ਪਹਿਲਾਂ ਵੀ ਡਿਜ਼ਾਈਨ ਬਣਾਏ ਹੋਏ ਆ। ਇਹ 2x2 ਸਟਾਫ ਹੈ, ਔਰ ਲਾਈਟ ਯੈਲੋ ਸ਼ੇਡ ਹੈ। ਸੋ ਉਹਦਾ ਘੇਰਾ ਵੀ 24 ਔਰ 45 ਲੈਂਥ ਹੈ, ਤੁਸੀਂ 22 ਘੇਰੇ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ, ਤੁਸੀਂ 42 ਲੈਂਥ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ। ਸੋ ਉਹ ਅਸੀਂ ਫਰੀ ਆਫ ਲੈਂਥ ਬਣਾਇਆ, ਫਰੀ ਆਫ ਘੇਰਾ ਬਣਾਇਆ। ਤੁਸੀਂ ਅਗਰ 22 ਘੇਰਾ ਤਾਂ ਇੰਨਾ ਹੋ ਜਾਊਗਾ, ਕਿਉਂਕਿ ਸਾਈਡ 'ਤੇ ਅਸੀਂ ਕਾਫੀ ਜਗ੍ਹਾ ਛੱਡਦੇ ਹਾਂ, 24 ਘੇਰਾ ਵੀ ਬਣ ਜਾਂਦਾ। ਸੋ ਜਿਹੜੇ ਇਸ ਤਰ੍ਹਾਂ ਦੇ ਪੀਸਿਸ ਹੁੰਦੇ ਆ ਉਹ ਅਸੀਂ ਹਰ ਇੱਕ ਘੇਰੇ ਦੇ ਅਕੋਰਡਿੰਗ ਬਣਾਉਂਦੇ ਹਾਂ, ਕਿਉਂਕਿ ਲੈਂਥ ਆ ਜਿਹੜਾ ਕਿਸੇ ਦਾ ਘੇਰਾ ਲੈਂਥ ਆ ਜਿਹੜਾ ਅਲੱਗ ਅਲੱਗ ਹੁੰਦੇ ਆ। ਸੋ ਇਹਨੂੰ ਅਸੀਂ ਜਿਵੇਂ ਸੈਂਟਰ 'ਚ ਜਿਹੜਾ ਸਾਰੇ ਪਿੰਟੈਕਸ ਪਾਏ ਹੋਏ ਆ ਜੀ, ਔਰ ਪਿੰਟੈਕਸ ਵੀ ਦੇਖੋ ਤੁਸੀਂ ਸਾਰੇ ਇਕੁਅਲ ਹੈ, ਕਿਉਂਕਿ ਇਹ ਜਿਹੜੇ ਸਫਾਈ ਨਾਲ ਪਾਉਣੇ ਕਿ ਸਾਰੇ ਇੱਕੋ ਜਿਹੇ ਹੋਣ ਬਹੁਤ ਜ਼ਰੂਰੀ ਹੈ, ਔਰ ਸੈਂਟਰ ਦੇ ਵਿੱਚ ਇਹ ਦੋਨੋਂ ਵੇਵਸ ਜਾਂਦੀਆਂ ਹੈਗੀਆਂ। ਬਹੁਤ ਹੀ ਪਿਆਰਾ ਉੱਪਰ ਤੱਕ ਇਹ ਜਿਹੜਾ ਸੈਂਟਰ ਪੈਨਲ ਆ, ਇਹ ਦੇਖੋ ਉੱਪਰ ਤੱਕ ਇਹ ਸੈਂਟਰ ਪੈਨਲ ਹੈ, ਔਰ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਲਾ ਕੇ ਅਸੀਂ ਜਿਹੜੇ ਇਹਦੇ ਵੀਲਸ ਬਣੀਆਂ ਹੋਈਆਂ, ਔਰ ਸੈਂਟਰ 'ਚ ਜਿਹੜਾ ਸੈਂਟਰ ਪਿੰਟੈਕਸ ਹੋਇਆ ਹੋਇਆ, ਔਰ ਬਾਜੂ 'ਤੇ ਵੀ ਇਸ ਤਰ੍ਹਾਂ ਦੀ ਵੀਲਸ ਹੈ। ਸੋ ਇਹ ਹੈਗਾ ਜੀ 2x2 'ਤੇ। ਸੋ ਇਹ ਲਾਈਨਿੰਗ ਨਾਲ ਹੀ ਸਟਿਚ ਕਰਵਾ ਸਕਦੇ ਹੋ, ਜਾਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਕਰਵਾ ਸਕਦੇ ਹੋ, ਜਾਂ ਤੁਸੀਂ ਸਟਿਚਿੰਗ ਤੋਂ ਬਿਨਾਂ ਲੈਣਾ ਤਾਂ ਤੁਸੀਂ ਸਟਿਚਿੰਗ ਤੋਂ ਬਿਨਾਂ ਵਿਦਆਊਟ ਵੀ ਜਿਹੜਾ ਪਰਚੇਜ਼ ਕਰ ਸਕਦੇ ਹੋ, ਵਿਦ ਦੁਪੱਟਾ ਵਿਦਆਊਟ ਦੁਪੱਟਾ ਵੀ ਪਰਚੇਜ਼ ਕਰ ਸਕਦੇ ਹੋ। ਸੋ ਇਹ ਤੁਹਾਡੀ ਚੋਇਸ 'ਤੇ ਆ, ਤੁਸੀਂ ਜਿਹੜਾ ਵੀ ਜਿਵੇਂ ਵੀ ਲੈਣਾ ਪਲੀਜ਼ ਜਦੋਂ ਸਕਰੀਨਸ਼ੋਟ ਭੇਜਦੇ ਹੋ ਮੈਨਸ਼ਨ ਜ਼ਰੂਰ ਕਰਿਆ ਕਰੋ ਕਿ ਸਾਨੂੰ ਵਿਦ ਦੁਪੱਟਾ ਚਾਹੀਦਾ, ਸਾਨੂੰ ਵਿਦਆਊਟ ਦੁਪੱਟਾ ਚਾਹੀਦਾ, ਔਰ ਉਸ 'ਤੇ ਤੁਹਾਨੂੰ ਪ੍ਰਾਈਜ਼ ਆ ਜਿਹੜੀ ਉਸ ਤਰ੍ਹਾਂ ਦੀ ਦੱਸੀ ਜਾਊਗੀ। ਜਿਹੜੀ ਮੇਨ ਪ੍ਰਾਈਜ਼ ਹੈਗੀ ਆ ਉਹ ਮਸਲੀਨ ਦੇ ਦੁਪੱਟੇ ਨਾਲ ਅਸੀਂ ਵਿਦ ਲੇਸ ਹੀ ਪ੍ਰਾਈਜ਼ ਮੈਨਸ਼ਨ ਕਰਾਂਗੇ। ਸੋ ਇਸੇ ਤਰ੍ਹਾਂ ਜੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਡੇਲੀ ਤੁਹਾਡੇ ਨਾਲ ਨਿਊ ਡਿਜ਼ਾਈਨਿੰਗ ਸ਼ੇਅਰ ਕਰੀਏ। ਸੋ ਜਿਵੇਂ ਜਿਵੇਂ ਵੀ ਨਵੇਂ ਡਿਜ਼ਾਈਨਸ ਜਿਹੜੇ ਬਣ ਰਹੇ ਹੈਗੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਸੋ ਵੀਡੀਓ ਜਿਹੜੀ ਜ਼ਰੂਰ ਐਂਡ ਤੱਕ ਜ਼ਰੂਰ ਦੇਖਿਆ ਕਰੋ, ਔਰ ਇਸ ਤਰ੍ਹਾਂ ਜੀ ਨਵੇਂ ਨਵੇਂ ਡਿਜ਼ਾਈਨਿੰਗ ਲਈ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।